मैं सारी संगत नु जिन्ने अभी खड़े ने सज्जन मित्र है ये साडा किसान भरा दो तीन दिन पहला खैराबाद नगर तो अपना खुदकशी कर गया जिन्हें अपने जिन्हें सरकार ने जरा साडा हाल करया लै करके उन्होंने दोती है जी अपने अज खैराबाद दफ्तर का वो उद्घाटन कर रही है जी उन्होंने दोती असं जी एम कहने खेरी हरसिमरन कौर सामने देखो जी सर ਸਾਡੇ ਜਿਹੜੇ ਰਣਜੀਤ ਸਿੰਘ ਪਟਿਆਲਾ ਵੱਲੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਫੀ ਸੇਰ ਭਾਈ ਸਨ ਅੱਜ ਇਹਨਾਂ ਨੇ ਠੀਕ ਹੈ ਸਰ ਇਸ ਟਾਈਮ ਹੈਗੇ ਆ ਰੋਪੜ ਹਲਕੇ ਦੇ ਪਿੰਡ ਖੈਰਾਬਾਦ ਅੱਜ ਅਸੀਂ ਇੱਥੇ ਆਪਣਾ ਅੱਜ ਸਵੇਰੇ ਅਸੀਂ ਪਹਿਲਾਂ ਇੱਕ ਮੀਆਂਪੁਰ ਜਿਹੜਾ ਦਫ਼ਤਰ ਉਦਘਾਟਨ ਕਰਿਆ ਘਾੜ ਇਲਾਕੇ ਦੇ ਲੋਕਾਂ ਦੇ ਨਾਲ ਅੱਜ ਇੱਧਰ ਸਾਡਾ ਜਿਹੜੇ 8-10 ਪਿੰਡ ਹੈਗੇ ਫੂਲ ਹੈ ਸਮਰਾਲਾ ਹੈ ਖੈਰਾਬਾਦ ਆਪਣਾ ਬੁੱਢਾ ਭੋਰਾ ਸਾਰੇ ਜਿੰਨਾ ਰੇੜੂਆਣਾ ਇਹ ਸਾਰੇ ਇਲਾਕੇ ਨੇ ਜਿਹੜਾ ਅੱਜ ਨੌਜਵਾਨਾਂ ਨੇ ਜਿਹੜੇ ਕਿਸਾਨੀ ਯੋਧੇ ਨੇ ਜਿਹੜੇ ਦਿੱਲੀ ਸੰਘਰਸ਼ ਨੂੰ ਜਿੱਤ ਗਏ ਆ ਵੱਡਾ ਯੋਗਦਾਨ ਇੱਥੋਂ ਪਾਇਆ ਉਹਨਾਂ ਨੇ ਅੱਜ ਆਪਣੇ ਆਪ ਇਲਾਕੇ ਵੱਲੋਂ ਜਿਹੜਾ ਇੱਥੇ ਦਫ਼ਤਰ ਖੋਲ੍ਹਿਆ ਉਹਦਾ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ ਇਹ ਜਿਹੜੇ ਸੂਰਮੇ ਯੋਧੇ ਸਾਡੇ ਕਿਸਾਨ ਵੀਰ ਮਜ਼ਦੂਰ ਦੁਕਾਨਦਾਰ ਵਪਾਰੀ ਵਰਗ ਸਾਰੇ ਇੱਥੇ ਸਾਡੇ 'ਚ ਮੌਜੂਦ ਨੇ ਅੱਜ ਅਸੀਂ ਹੁਣੀ ਚੰਦ ਮਿੰਟਾਂ 'ਚ ਜਿਹੜਾ ਦਫ਼ਤਰ ਇੱਥੇ ਖੋਲ੍ਹ ਜਾ ਰਹੇ ਹਾਂ ਪਰ ਮਹਾਰਾ ਪਰਮਾਤਮਾ ਦੀ ਸੱਚੇ ਪਾਸ਼ੇ ਕਿਰਪਾ ਵੀ ਸਾਰੇ ਪਿੰਡਾਂ ਦੇ ਵਿੱਚ ਬੜਾ ਵਧੀਆ ਰੁਝਾਨ ਹੈ ਹਰ ਪਿੰਡ ਦੇ ਵਿੱਚ ਜਾਈਦਾ ਅੱਜ ਸਵੇਰ ਦੇ ਅਸੀਂ 5-6 ਪਿੰਡਾਂ 'ਚ ਜਾ ਕੇ ਲੈ ਕੇ ਨੂਰਪੁਰ ਬੇਦੀ ਇਲਾਕੇ ਦੇ ਵਿੱਚ ਹਰ ਪਿੰਡ ਜਾ ਕੇ ਸੱਦਾ ਦੇਈਦਾ ਆਪਣੇ ਆਪ ਮੁਹਾਰੇ ਹਰ ਮਜ਼ਦੂਰ ਵਰਗ ਕਿਸਾਨ ਵਰਗ ਵਪਾਰੀ ਵਰਗ ਦੇ ਲੋਕ ਆਪਣੇ ਆਪ ਪੂਰਾ ਜਿਹੜਾ ਅੰਦੋਲਨ ਨੂੰ ਜਿਹੜਾ ਇਸ ਚੋਣ ਮੁਹਿੰਮ ਨੂੰ ਹੰਗਾਰਾ ਦੇ ਰਹੇ ਰਵਾਇਤੀ ਪਾਰਟੀ ਨੂੰ ਬਹੁਤ ਬੜੀ ਟੱਕਰ ਹੈ ਜੀ ਇਹ ਪਿਛਲੇ 70 ਸਾਲਾਂ ਦੇ ਤੁਹਾਨੂੰ ਪਤਾ ਵੀ ਜਿਹੜਾ ਪੰਜਾਬ 'ਚ ਇੱਕ ਪਾਰਟੀ ਆਈ ਦੂਜੀ ਗਈ ਜਿਹੜੇ ਰਵਾਇਤੀ ਪਾਰਟੀਆਂ ਉਹ ਰਾਜ ਕਰ ਰਹੀਆਂ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਨੇ ਠਾਣ ਲਈ ਹੈ ਲੋਕ ਬਦਲਾਅ ਭਾਲਦੇ ਨੇ ਤੁਸੀਂ ਵਿਧਾਨ ਸਭਾ ਜਾਓਗੇ ਬਿਲਕੁਲ ਬਿਲਕੁਲ ਜੀ ਹਰ ਵਰਗ ਦੇਖ ਰਿਹਾ ਅੱਜ ਬਹੁਤ ਸਾਰੀਆਂ ਬਜ਼ੁਰਗ ਮਾਤਾਵਾਂ ਮਿਲੀਆਂ ਅੱਜ ਉਹਨਾਂ ਨੇ ਮਨ ਨੂੰ ਬੜੀ ਉਹਨਾਂ ਦੀ ਗੱਲ ਸੁਣ ਕੇ ਖੁਸ਼ੀ ਪੁੱਜੀ ਉਹਨਾਂ ਨੇ ਕਿਹਾ ਵੀ ਅਸੀਂ ਦਿੱਲੀ ਜਾ ਕਰਕੇ ਤਾਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾ ਸਕੇ ਭਾਵੇਂ ਜਿਹੜਾ ਹੁਣ ਵੋਟ ਦੇ ਨਾਲ ਸਪੋਰਟ ਕਰਕੇ ਜਿਹੜਾ ਅਸੀਂ ਉਹ ਕਿਸਾਨੀ ਸੰਘਰਸ਼ ਦਾ ਜਿਹੜਾ ਅਸੀਂ ਉਹ ਅਸੀਂ ਮੁੱਲ ਆਪਣਾ ਧਾਰਨਾ ਹੈਗਾ ਇਹ ਬਹੁਤ ਅੱਜ ਸਾਨੂੰ ਖੁਸ਼ੀ ਹੋਈ ਇਹ ਜਿਹੜੀਆਂ ਮਾਤਾਵਾਂ ਵੱਲੋਂ ਇਹ ਗੱਲ ਸੁਣ ਕੇ ਜਿਹੜਾ ਵੱਡਾ ਹੰਗਾਰਾ ਮਿਲ ਰਿਹਾ ਪਤਾ ਵੀ ਹੈ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨੇ ਸਾਡੇ ਪੰਜਾਬ ਦਾ ਸਾਡੀ ਜਵਾਨੀ ਅਤੇ ਨਸਲਾਂ ਅਤੇ ਫਸਲਾਂ ਨੂੰ ਸਾਡੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਲੋਕਾਂ ਨੂੰ ਜਿਹੜੀਆਂ ਹੁਣ ਟਕਾਰੀਆਂ ਦੇਖੋ ਜੀ ਰੋਪੜ ਜਿਹੜੇ ਸਾਡਾ ਰੋਪੜ ਖਿੱਤੇ ਦੀਆਂ ਜਿਹੜੀਆਂ ਹੈਗੀਆਂ ਪ੍ਰੋਬਲਮਾਂ ਹੋਰ ਪੰਜਾਬ ਦੇ ਸੂਬੇ ਨਾਲੋਂ ਵੱਖ ਨੇ ਇਹ ਸਾਡੀ ਸਭ ਤੋਂ ਵੱਡੀ ਤਾਂ ਦਿਖਾਂਤ ਸਾਡੇ ਰੋਪੜ ਹਲਕੇ ਦਾ ਵੀ ਜਿਹੜਾ ਬਾਹਰੋਂ ਆ ਕਰਕੇ ਉਮੀਦਵਾਰਾਂ ਨੇ ਇੱਥੇ ਸਾਡੇ ਇਲਾਕੇ ਦੇ ਲੋਕਾਂ ਦੇ ਗੁੰਡਾਗਰਦੀ ਕਰਦੇ ਨੇ ਨਾਲੇ ਤਾਂ ਸਾਡੇ ਇਲਾਕੇ ਨੂੰ ਲੁੱਟ ਰਹੇ ਨੇ ਨਾਲੇ ਕੁੱਟ ਰਹੇ ਨੇ ਜੇ ਕੋਈ ਬੋਲਦਾ ਤਾਂ ਉਹ ਜਿਹੜਾ ਸਾਡੇ ਇਲਾਕੇ ਦੇ ਜਿੰਨੇ ਨੌਜਵਾਨ ਹੈ ਬੜੀ ਉਹਨਾਂ 'ਚ ਜਿਹੜੀ ਇੱਕ ਗੱਲ ਨੂੰ ਲੈ ਕੇ ਬੜੀ ਮਯੂਸੀ ਹੈ ਵੀ ਜਿਹੜੇ ਸਾਡੇ ਇਲਾਕੇ ਦੇ ਲੋਕ ਹੈ ਕਿ ਉਹ ਸੇਵਾ ਕਰਨ ਨੂੰ ਰਹਿ ਗਏ ਵੀ ਉਹ ਨੁਮਾਇੰਦਗੀ ਨਹੀਂ ਕਰ ਸਕਦੇ ਇਲਾਕੇ ਦੀ ਸੋ ਉੱਦਾਂ ਦੀ ਜਿਹੜੀ ਸਾਡੇ ਲੋਕਾਂ 'ਚ ਬੜੀ ਭਾਰੀ ਉਤਸ਼ਾਹ ਹੈ ਅਸੀਂ ਇਸੀ ਇਲਾਕੇ 'ਚ ਰੋਪੜ 'ਚ ਜੰਮੇ ਇਸੀ ਇਲਾਕੇ 'ਚ ਪਲੇ ਇੱਥੇ ਹੀ ਅਸੀਂ ਬਚਪਨ ਤੋਂ ਲੈ ਕੇ ਸਮਾਜ ਦੇ ਜਿਹੜੇ ਖੇਤਰ ਉਹਦੇ ਆਪਣਾ ਯੋਗਦਾਨ ਬਾਰੇ ਬਹੁਤ ਵੱਡਾ ਜਿਹੜਾ ਹੰਗਾਰਾ ਉਹ ਲੋਕਾਂ ਦਾ ਮਿਲ ਰਿਹਾ ਦੇਖੋ ਗੱਲ ਇਹ ਆ ਵੀ ਸਾਡਾ ਕੋਈ ਰਾਜਨੀਤਿਕ ਜਿਹੜਾ ਜਨਮ ਉਦੋਂ ਹੀ ਹੋਇਆ ਸੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਉਹ ਵੀ ਸਿਰਫ ਇਸ ਕਰਕੇ ਕਿ ਲੱਗਦਾ ਸੀ ਕਿ ਉਹਨਾਂ ਦੀਆਂ ਗੱਲਾਂ ਤੋਂ ਕਿ ਬਦਲਾਅ ਲਿਆਉਣਗੇ ਉਦੋਂ ਕਿਸਾਨਾਂ ਦੀ ਪਾਰਟੀ ਨਹੀਂ ਸੀ ਹੈਗੀ ਪਰ 2014 ਤੋਂ 21 ਤੱਕ ਆਉਂਦੇ 7 ਸਾਲਾਂ ਦੇ ਵਿੱਚ ਸਾਨੂੰ ਇਹ ਲੱਗਿਆ ਕਿ ਇਹ ਲਗਭਗ ਪਾਰਟੀਆਂ ਵਰਗੀ ਪਾਰਟੀ ਹੋ ਗਈ ਕਿਉਂਕਿ ਅਸੀਂ ਰਲੇ ਸੀ ਕਿ ਇੱਕ ਅਲੱਗ ਪਾਰਟੀ ਆ ਪਰ ਉਹ ਦੇਖਦੇ ਦੇਖਦੇ ਬਿਲਕੁਲ ਉਹੀ ਹਾਲ ਹੋ ਗਿਆ ਅੱਜ ਤੁਸੀਂ ਦੇਖੋ ਕਿ ਜਦੋਂ ਵੀ ਅਸੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਾਂ ਹੋਰ ਬੰਦਿਆਂ ਦੇ ਗੱਲ ਸੁਣਦੇ ਸੀ ਤਾਂ ਇੱਕੋ ਹੀ ਗੱਲ ਉਹ ਬੋਲਦੇ ਸੀ ਵੀ 73 ਸਾਲਾਂ ਤੋਂ ਦੋਨੋਂ ਪਾਰਟੀਆਂ ਲੁੱਟ ਰਹੀਆਂ ਸਾਡੀ ਨਵੀਂ ਪਾਰਟੀ ਆ ਸਾਨੂੰ ਦੇਖੋ ਦੇਖੋ ਇਹ ਸਾਡੇ ਵੀ ਮਨ ਨੂੰ ਗੱਲ ਲੱਗੀ ਵੀ ਵਾਕਿਆ ਉਹ 73 ਸਾਲ ਤੋਂ ਲੁੱਟਦੇ ਆ ਇਹ ਪਾਰਟੀ ਨੂੰ ਆਪਾਂ ਨਾਲ ਸਹਿਯੋਗ ਦਈਏ
ते ए लोक पंजाब दी किस्मत नूं सुधारनगे। पर हुण मैं ये गल लोकां नूं भी कहना भी पुछना चाहिए आपां नूं सारयां नूं, देखो लुटदा कौन हुंदा। आपां पुराने समयां दे विच ये कहिंदे सी कि फलाना बंदा लुटदा है, लुटदे डाकू हुंदे आ, ते डाकूआं दे कोल घोड़े भी हुंदे आ, घोड़े तां नहीं लुटदे किसे नूं, लुटदे डाकू आ। हुण इह वोटां दे विच 52 दे करीब कैंडीडेट आम आदमी पार्टी ने 117 चों 52 कैंडीडेट वो दिते आ जिहड़े एक हफ्ता पहला अकालियां चों भाजपा चों कांग्रेस चों आए, और ये वो बंदे आ जिहड़े देश की आजादी तों बाद या कांग्रसी आ या अकाली। हुण गल इह आ कि जदों 52 बंदे इन्हां कोल आ गए, वो डाकू आ ना, इन्हां दे कहण मुताबिक साढ़े नहीं, असीं नहीं कहिंदे किसी नूं डाकू चोर, ये कहिंदे आ कि इन्हां डाकूआं ने 73 साल देश नूं लुटिया है, ते वो 52 डाकू इन्हां कोल आ गए, घोड़े उत्थी छड्डे आए, घोड़े इन्हां ने देते, घोड़ा हुंदा उहदा उहदा नहीं लुटदा, बंदा लुटदा है। ते हुण ये 53 डाकू तां इन्हां कोल आ गए, हुण देश नूं कौन बचाऊगा डाकूआं तों, आम आदमी पार्टी नहीं देख रही। उहनां नूं इह गल या तां माफ़ी मंगनी चाहीदी आ कांग्रसियां अकालियां तों कि असीं तुहानूं डाकू गलत कहा, या जिहड़े 53 बंदे लैंदे आ उहनां डाकूआं नूं जुत्तियां मार के बाहर करो पार्टी तों, तुसीं डाकू क्यों लैंदे आ, तां तुसीं पार्टी छड्डी। मैं हुण देखो ना, हुण तां तिन्ने पासे डाकू हो गए। फिर असीं सोचिआ इह गल, इह पार्टियां कह रहियां कि सानूं दिहाड़ी दो, असीं शाम तक तुहानूं कम करके दिखावांगे, पर किसान जिहड़ी जथेबंदी आ उहनें पहलां कम करिआ, उहनां ने एक साल का बनवास कट्टिआ दिल्ली च बह के पंजाब दीआं नसलां पंजाब दीआं फसलां नूं बचाउण वास्ते, इह तां दिहाड़ी ला के पैसे मंगदे आ किसान जिहड़े आ ना, उह दिहाड़ी ला के कहिंदे शाम नूं भी साडी दिहाड़ी दे दो, इह बंदे कहिंदे भी असीं दिहाड़ी लाऊंगे पैसे दो। सो असीं सोचिआ कि जिहड़े बंदिआं ने दिहाड़ी लाती उहनां नूं पैसे दो, जिहड़े कहिंदे जे कम करके दिखाऊंगे खरे कि अजे करूंगे, क्या पता दुपहरे रुके डब्बे चक के भज जावे। ये तो बंदियां ने मोर्चा सिरे करिया है, जिहड़ा बंदा बिना दिहाड़ी लए बड़ा कम कर गया, और ये गंद जिहड़ा किसानां ने एक साल का बनवास कट के कढ़िया है, ये तिना पार्टियां ने चारा ने पाया, भाजपा ने पाया है, अकालिया ने पाया है, आम आदमी पार्टी ने पाया, कांग्रेस ने पाया है। तो इसको वो हूँ इन्हों की अग्नि प्रीक्षा क्या लेनी आप किसानां दी, कहोगे तो वोटरां नूं की? देखो वोटरां नूं मेरी ये गल दी बेनती आ कि अज तो 6 महीने पहला हर कोई अपनी गड्डी दे ट्रैक्टर दे दो दो झंडे लाई फिरदा सी, मैं भी किसान हाँ, टोल तो बचण वास्ते भी, टोल तो बचण वास्ते भी या भावक हो के। पर अज मैं जब कई बार बड़ा दुख हुंदा है, बड़े बंदे मैं हुणी एक दो बंदे नूं मिलिया जिहड़े कट्टड़ किसान कहिंदे सी, ओह मैनूं कहिंदे यार किसानां दी पार्टी दा कुछ इन्ना है नहीं। मैं कहा तुसीं क्या, मैं कहा तुसीं क्या, पहले तुसीं दसो, कहिंदा असीं भी किसान हाँ। मैं कहा तुसीं अपने आप नूं ये माड़ा कही जा रहे, तुसीं यही कह रहे कि मैं तां ढेणी ढेणा है, तुसीं खड़े हो जाओ तां उहनां दी क्या हिम्मत आ, किसान कोई भलवान दा नौ थोड़ी आ कि उह फाड़े झाड़ूंगा किसे नूं। तुसीं लोक आ, तुसीं वोटां है, ਤੁਸੀਂ ਕਿਸਾਨਾਂ ਦੇ ਨਾਲ ਜਦ ਪਹਿਲਾਂ ਲਲਕਾਰੇ ਮਾਰਦੇ ਤੇ ਹੁਣ ਕਿਆ ਸਭ ਸੁਣ ਗਿਆ ਤੁਹਾਨੂੰ? ਐਕਚੁਅਲੀ ਗੱਲ ਇਹ ਹੋਈ ਆ ਕਿ ਉਹਨਾਂ ਲੋਕਾਂ ਨੇ ਉਹਨਾਂ ਨੂੰ ਬਗਲਾ ਲਿਆ, ਇਹ ਕਹਿ ਕੇ ਲਾਲਚ ਵਿੱਚ ਜਾਂ ਸ਼ਰਾਬ ਦੇ ਲਾਲਚ ਵਿੱਚ ਕਿ ਇਹਨਾਂ ਦਾ ਕੁਛ ਨਹੀਂ ਬਣਨਾ, ਅਸੀਂ ਤੁਹਾਡਾ ਸਭ ਕੁਛ ਬਣਾਉਂਗੇ। ਅੱਜ ਲਾਰੇ ਦਿੱਤੇ ਜਾ ਰਹੇ ਆ ਸਾਰੇ ਪਾਰਟੀਆਂ ਵੱਲੋਂ, ਪਰ ਮੈਂ ਬੇਨਤੀ ਕਰਦਾ ਵੋਟਰ ਪਟਿਆਲਾ ਸਾਹਿਬ ਚੰਨੀ ਸਾਹਿਬ ਤਾਂ ਕਹਿ ਰਹੇ 111 ਦਿਨ 'ਚ ਬਹੁਤ ਜ਼ਿਆਦਾ ਕੰਮ ਕਰਦੇ, ਕੰਮ ਤਾਂ ਦੇਖੋ ਆਪਾਂ ਨੇ ਸਾਰਿਆਂ ਨੇ ਦੇਖੇ ਆ। ਮੈਂ ਤੁਹਾਡੇ ਇੱਕ ਚੰਨੀ ਸਾਹਿਬ ਦੀ ਗੱਲ ਨਹੀਂ ਕਰਦਾ, ਤੁਸੀਂ ਆਲ ਓਵਰ ਦੇਸ਼ ਦੀ ਗੱਲ ਕਰੋ।